ਜਾਂ ਤੋਈ ਹੋਵੇ ਭੈੜਾ ਜਾਂ ਅਸਾਂ ਤੋਂ ਹੋਵੇ ਵਾਧਾ, ਮੁੜ ਤਾਂ ਚਲੋ ਚੜੀਆਂ ਮਾਰਨ ਤੋਂ ਸਾਥਿਆ ਗੱਲ ਬਣਦੀ ਜੁੜਦੀ। ਅਸੀਂ ਦੈਰ ਤੋਂ ਹੋਇਆ ਅਸੇ ਤੋਂ ਹੀ ਨਾ ਬਈ, ਅਸੀਂ ਤੋਂ ਨੋਥ ਹਾਂ। ਲੇਕਿਨ ਹਿੱਤ ਨਾਲ ਮੇਰੀ ਸੁਣ ਲਾ, ਸੌ ਹੱਥ ਰੱਸਾ ਤੇ ਸਿਰੇ ਤੇ ਡੱਡ, ਬੰਦਿਆਂ ਦੀਆਂ ਬਰਾਤਾਂ ਵਾਲੇ ਦੇ ਅੱਲਾ ਦੇ ਬੰਦਿਆਂ ਲਾਸ਼ਾਂ ਪਈਆਂ ਰਹਿ ਜਾਂਦੀਆਂ, ਤੇ ਮੈਂ ਅੱਧੂ ਥਲੋਰ ਆਣਾ ਲਾ ਤੇ ਬੰਦੂਕਾਂ, ਇਹ ਨਹੀਂ ਵੀ ਮੈਂ ਤੰਦੂਆ ਲਾਉਣਾ ਜਾਂ ਮੇਰਾ ਡੇਲੀ ਵੀ ਸਾਥੀ ਤੇ ਨਹੀਂ। ਅੱਬਾ ਮੈਂ ਨਾ ਜਾਂਦੀ ਪਈ ਆ ਸੈਲੀ ਕੋਲ, ਉਹਦੇ ਕੋਲ ਕੱਪੜੇ ਚਾਈ ਆਵਾਂ, ਮੈਂ ਸੂਟ ਦਿੱਤਾ ਈ ਉਹਨੂੰ। ਚਾ ਲੈ ਤੇ ਸੈਲੀ ਨਾਲ ਸਾਡੇ ਘਰ ਆ ਕੱਪੜੇ ਸਿੱਸੀ ਤੇ ਕਰੇ। ਅੱਛਾ ਚਲੋ ਠੀਕ ਏ, ਗੱਲ ਕਰਦਾ ਪਿਆ। ਹਾਂ ਦਾਲ ਤਰਦਾ ਪਿਆ ਮੂੰਹ, ਹੁਣ ਮੈਨੂੰ ਦਾਲ ਪੱਤੀ ਤੇ ਪੀੜੀ ਦੱਸੋ। ਮੇਰਾ ਤੇੜਾ ਦੁਨਾ ਕਸੂਰ ਏ, ਮੈਂ ਤੁਹਾਡੇ ਪਿੱਛੇ ਨੂੰ ਜਵਾਬ ਦਿੱਤਾ, ਉਦਲੇ ਸਾਥਿਆ ਪਿਤਰੇ ਰਾਥਿਆ, ਮੈਂ ਉਹਦੇ ਜਵਾਬ ਦਿੱਤਾ ਬਈ ਚਲੋ ਮੇਰੀ ਨੂਰੋ ਸਾਥਿਆ ਮੈਨੂੰ ਠੀਂਦੀ ਪਈ। ਹੁਣ ਤੁਸੀਂ ਉਹ ਦਾਦਾ ਪੇਤਰ ਰਹਿੰਦੇ ਉੱਥੇ ਹੋ, ਸੌ ਅਸਰਸਾ ਤੇ ਸਿਰੇ ਤੇ ਦਾਲ ਲਾਸ਼ਾਂ ਪਈਆਂ ਰਸੇ। ਬਸ ਕਰ, ਅਸੀਂ ਕੋ ਤੇਰੇ ਪਿਓ ਦੇ ਬੱਧੇ ਹੋਏ ਆ। ਮਤਲਬ ਹੈਂ, ਇਹ ਤੇਰੇ ਕੋਲ ਅਸੀਂ ਟਕੇ ਲਏ ਹੋਏ। ਉਹ ਜ਼ਬਾਨ ਹੁੰਦੀ ਹੈ ਜਿਹੜੀ ਤੀਤੀ ਆਏ। ਗੱਲ ਸੁਣ ਮੇਰੀ, ਤੇਰੀ ਮੇਰੀ ਜ਼ਬਾਨ ਹੋਈ ਹੋਈ ਨਾ, ਇੱਕ ਮਹੀਨੇ ਦਾ ਟਾਈਮ ਹੈ, ਮਹੀਨੇ ਤੋਂ ਬਾਅਦ ਆ ਕੇ ਹੱਥ ਅਦਾ ਕਰ ਲਵੀ। ਤੇ ਨੂਰੋ ਤੀ ਦੇ ਦਈਓ। ਹੈਂ ਨੂਰੋ ਤਾਈ ਨਹੀਂ ਦਿਸਦੀ, ਗਵਾਡਣ ਲ ਗਈ ਕੱਪੜੇ ਚਾਵੇਂ ਨਾ। ਵਾਰ ਦਵਾਰ ਜਾਵਣ ਦਿੱਤਾ ਤੇਰਾ ਸਾਡੀ ਇੱਜ਼ਤ, ਹਾਲੀ ਤੱਕ ਸਾਡੇ ਘਰ ਬੈਠੀ ਹੈ, ਤੁਹਾਡੀ ਇੱਜ਼ਤ ਉਦੋਂ ਹੋਣੀ ਜੇ ਤੁਹਾਡੇ ਘਰ ਜਾਣੀ, ਫਿਲਹਾਲ ਮੇਰੇ ਆਪਣੇ ਘਰ ਬੈਠੀ ਹੋਈ ਹੈ, ਠੀਕ ਹੈ ਨਾ। ਆਖੇ ਲੜੇ ਬਦੋ ਬਦੀ, ਮੌਕਾ ਮਿਲੇ ਕਦੋ ਕਦੀ, ਨਾ ਕਰੀ ਚਾਵਲ ਮੰਗਾ ਮੈਨ ਖਵਾ ਸੋਹਣਿਆ। ਆਖੇ ਲੜੇ ਬਦੋ ਬਦੀ। ਚਾਚਾ ਇਹ ਤੁਸੀਂ ਆਪ ਖੈਰ ਨਾਲ ਭਲਾ ਪੁੱਛਵਾ ਮੂੰ ਬਈ, ਤੀ ਲੋਤਾਂ ਦਾ ਸੰਦੇ ਹੋ ਬਚਾਉਣ ਆਇਆ ਸੀ। ਬੜੀ ਵੱਡੀ ਕੌਮ ਹੈ, ਕਹੋ ਕੌਮ ਦਾ ਨਾਂ ਨਾਲ ਪੁੱਛ। ਹੈ ਇਹ ਯਤ ਦਮ ਤੀ ਅੰਦਰ ਉਥੇ ਨੂੰ ਤੀੜਾ ਜਾਤ ਦਾ ਮਹਿਫਲੇ ਮੁਸੀਕੀ। ਹੈ ਮਹਿਫਲੇ ਮੁਸੀਕੀ। ਅੱਛਾ ਹੁਣ ਮੈਨੂੰ ਪੱਤੀ ਦਾਲ ਦੱਸੋ, ਨਹੀਂ ਤਾਂ ਉੱਥੇ ਉਹ ਨਾ ਹੋਵੇ ਵੀ ਉਸ ਦਿਹਾੜੇ ਨਾ ਕੰਮ ਖਰਾਬ ਹੋ ਜਾ। ਪਰ ਹੱਥ ਕਰ, ਇਹਦੇ ਬੈਠਾ। ਅੱਛਾ ਮੈਂ ਠੱਪਾ ਲੱਗ ਗਿਆ ਮਹੀਨੇ ਦੇ ਵਿੱਚ ਆ ਕੇ ਨਾ ਨਿਭਾ ਲੈ, ਵੀ ਜੇ ਮਹੀਨੇ ਤੂੰ ਉੱਤੇ ਦੇਣ ਲੱਗ ਗਿਆ ਨੀ ਤੇ ਮੁੜ ਸਾਡਾ ਜਵਾਬ ਸਮਝ, ਕਿਉਂਕਿ ਮੇਰਾ ਇਹ ਮਾਮਾ ਬਿਮਾਰ। ਅੱਛਾ ਹੈਂ, ਇਹ ਹੁਣ ਮੈਂ ਤੈਨੂੰ ਸਹਿੰਦਾ ਪਿਓ। ਚਲੋ ਦੁਆ ਤਰਸਾਂ ਆਏ ਉਹਦੇ ਵਾਸਤੇ। ਹਾਂ ਦਿਆ ਕੇ ਦੁਆ ਕਰ ਕੇ ਪਹਿਲਾਂ ਕਰੇ ਉਹਦੀ ਅੱਲਾ ਲੰਮੀ ਜ਼ਿੰਦਗੀ ਕਰੇ। ਠੀਕ ਹੋ, 70 ਸਾਲ ਦਾ ਹੋ ਗਿਆ, ਕੋਈ 90 ਸਾਲ ਦਾ ਹੋ ਜਾਵੇ, ਮੁੜ ਬਾਵੇ ਲਾਏ ਵੀ ਲਵੇ ਮੁੜੋ ਨਿਸ਼ਾਏ। ਚਲੋ ਠੀਕ ਹੈ, ਰੱਬ ਰਾਥਾ, ਅੱਲਾ ਹਾਫਿਜ਼। ਬੱਕਰੀ ਲਈ ਬੈਠੇ ਜਾ, ਮੈਨੂੰ ਹੁਣੇ ਦੇ ਤੇ ਫਲਾਣੇ ਦੇ ਦੇ, ਇੱਕ ਮਹੀਨੇ ਦਾ ਟਾਈਮ ਹੀ ਮੇਰਾ ਪੋਤਰੋ ਆ ਕੇ ਨਿਭਾ ਲਈ, ਨਹੀਂ ਤੇ ਸਾਨੂੰ ਹੋਰ ਸਾਹ ਤੇ ਤੈਨੂੰ ਹੋਰ ਸਾਹ। ਮੇਰੀ ਭੈਣ ਹਰ ਖਬਰ ਨਾ ਕਰੇ ਦੱਸਣੀ ਆ ਗੱਲ, ਇਹ ਮੇਰੀ ਗੱਡੀ ਰੱਖੀ ਗਈ ਹੋਈ ਸੱਚੀ, ਉਹ ਕਦਰ ਆਇਆ ਮੇਰਾ ਮੰਗੇਤਰ।
ਮੇਰੇ ਪਿਓ ਨਾਲ ਗੱਲ ਕੀਤੀ ਸੂ, ਮੇਰੇ ਪਿਓ ਨਾਲ ਇੱਕ ਮਹੀਨੇ ਦਾ ਟਾਈਮ ਦਿੱਤਾ, ਇੱਕ ਮਹੀਨੇ ਦਾ? ਹਾਂ, ਮੈਂ ਇੱਕ ਮਹੀਨੇ ਦੇ ਅੰਦਰ ਅੰਦਰ ਤੋਂ ਮੇਰੇ ਜੀ ਨੂੰ ਬਰਨਾ ਕੇ ਲੈ ਜਾਵਣਾ, ਤੇ ਮਹੀਨ ਤੇ ਮੈਨੂੰ ਇਹ ਯਕੀਨ ਕੋਈ ਨਹੀਂ, ਹੁਣ ਪਤਾ ਨਹੀਂ ਕਿਹ ਚੀਜ਼ ਬਣਾਈ ਵਾ ਰੋਟ ਮੋਇਆ। ਤੇ ਤੇਰਾ ਪਿਓ ਤੈਨੂੰ ਕੀ ਦੇਊ? ਮੇਰਾ ਪਿਓ ਜੇ ਗਰੀਬੀ ਅਲੀਮੀ ਚ ਹੋਇਆ, ਮੇਰੀ ਭੈਣ ਤੈਨੂੰ ਪਤਾ ਮਾਂ ਪਿਓ ਮੈਂ ਟੁਰੰਦਾ ਵਾਲਾ ਦੀਆਂ। ਹਾਂ ਇਹ ਤੇ ਭਾਵੇਂ ਦੋ ਕੱਪੜੇ ਦਿੰਦੇ ਜ਼ਰੂਰ ਹੈ। ਚਲੋ ਅੱਛੀ ਗੱਲ ਹੈ, ਮੈਂ ਤਿਆਂ ਨਹੀਂ, ਅੱਲਾ ਕਰੇ ਥੋੜ੍ਹਾ ਸਿੱਧਾ ਹੋ ਜਾਵੇ ਜੀ। ਹੁਣ ਤਾਂ ਤੇਰੇ ਨਾਲ ਪਿਆਰ ਹੈ ਨਾ, ਹੈ ਕਿ ਕੋਈ ਨਾ? ਤਾਂ ਮੇਰੀ ਭੈਣ ਹੈ, ਇਤਨੀਆਂ ਇਤਨੀਆਂ ਵੱਡੀਆਂ ਵੱਡੀਆਂ ਗੱਲਾਂ ਛੱਡਿੰਦਾ ਹੀ, ਅੱਲਾ ਕਰੇ ਤਾਂ ਕੋਈ ਸੱਚੀ ਮੁਹੱਬਤ ਹੀ ਮੇਰੇ ਨਾਲ ਹੋ। ਬਸ ਐਵੇਂ ਦਾਵੇ ਨਾ ਕਰਿੰਦਾ ਵਧਰ ਵੇ ਸੁੱਕੇ, ਹੈਂ ਕੱਲ ਨੂੰ ਮੈਂ ਹੋਰ ਦੀ ਕਿਸੇ ਦੀ ਡੋਲੀ 'ਚ ਜਾਂਦੀ ਪਈ ਹੋਵਾਂ ਤੇ ਬੈਠਾ ਵੇ ਸੋਹਣੇ ਗਾ। ਨਾ ਨਾ ਨਾ, ਜਿਵੇਂ ਹੋ ਗਿਆ ਨਾ ਤੇਰੇ ਪਿਓ ਨਾਲ ਜਾ ਕੇ ਗੱਲ ਕੀਤੀ ਤੇ ਇੱਕ ਮਹੀਨੇ ਦਾ ਟਾਈਮ ਤੋਂ ਸਾਹਮਣੇ ਫੜ ਲਈਏ ਤੇ ਠੀਕ ਹੈ, ਇੱਕ ਮਹੀਨਾ ਟਾਈਮ ਮੋੜ ਉਸ ਤੇ ਨਾ ਕੱਢ ਲੈਣਾ, ਤਿਆਰੀ ਮੁਕੰਮਲ ਕਰੀ ਮੇਰੀ ਸ਼ਾਦੀ ਤੇ, ਮਹਿੰਦੀ ਵੀ ਮੇਰੀ ਤੋਂ ਲੈ ਕੇ ਆਵਣੀ ਹੈ, ਮੇਰੀ ਮਿੱਟੀ ਆਪਣੀ ਡੋਲੀ ਦੀ ਮਹਿੰਦੀ ਮੈਂ ਸਜਾ ਕੇ ਲੈ ਉਸ ਪੂਰੇ ਥੇ ਵਾਲੇ ਵੇਖਣ ਕਿ ਸਿਮਰੋ ਦੀ ਮਹਿੰਦੀ ਆਈ ਹੈ ਨੂਰਾ ਕਾਲ, ਤੂੰ ਵੇਖੀ ਮੈਂ ਇਹ ਸਜਾ ਕੇ ਲੈ ਆਉਣੀ ਆਪਣੇ ਘਰੋਂ ਢੋਲ ਆਵੇ ਨੂੰ ਆਖਣਾ ਢੋਲ ਵਜਾ ਢੋਲ ਵਜਾ ਤੇ ਉਹ ਤੂੰ ਝੁੰਮਰ ਮਰੇਂਦੇ ਆਵਣਾ ਤੇਰੇ ਬੂਹੇ ਤਾਈ ਜਾ ਸਾ ਲਵਣਾ, ਝੁੰਮਰ ਹੀ ਮਾਰਨੀ ਹੈ, ਸ਼ਰਮ ਨਹੀਂ ਹੋ ਕਰਨਾ, ਕਿਉਂ ਨਹੀਂ ਕਰਨਾ? ਉਸ ਟਾਈਮ ਤੇ ਮੰਮਾ ਨਾ ਚੜਾ ਬਈ ਡਿੰਗਾ ਚੀਬਾ ਜੀ ਹੋ ਜਾਵੇ ਡਾਂਸ ਆਇਆ ਕਰੇਂਦੀ ਰਸ, ਖੁਸ਼ੀ ਇਤਨੀ ਚੜੀ ਹੋਣੀ ਕਿ ਤੂੰ ਥੇ ਛੱਡ ਕੇ ਜਾਊਂ ਏ ਸਾ ਦਾ ਸੁੱਖ ਦਾ ਸਾ। ਹੁਣ ਬਸ ਦੀ ਮੈਂ ਦਿਲ ਚ ਖੁਸ਼ੀ ਆ ਨਾ, ਇਹ ਖੁਸ਼ੀ ਮੁਕੰਮਲ ਮੇਰੀ ਪੂਰੀ ਹੋ ਜਾਵੇ, ਆਮੀਨ, ਕਿਉਂਕਿ ਮੇਰੇ ਤੈਨੂੰ ਪਤਾ ਹੈ ਇਸ ਤੋਂ ਇਲਾਵਾ ਮੇਰਾ ਵੀ ਗੁਜ਼ਾਰਾ ਨਹੀਂ ਹੁੰਦਾ, ਮੈਨੂੰ ਇਹਦੇ ਨਾਲ ਬਹੁਤ ਪਿਆਰ ਹੈ, ਉਹ ਤੇ ਪਤਾ ਹੈ ਮੈਨੂੰ, ਕੋਈ ਨਹੀਂ ਹੈ ਵੀ ਉਹ ਇੱਕ ਮਿੰਟ ਜਾਵੀ ਨਾ ਇਥਾਈ ਖਲਾਮੀ ਰੋਟ ਮੋਈ ਨੂੰ ਮਾਂ ਦੀ ਫਿਕਰ ਰਹਿੰਦੀ ਰਹਿੰਦੀ ਹੈ। ਅੱਛਾ ਗਰੀਬ, ਚਲੋ ਮਾਲ ਸ਼ਾਲ ਚ ਰਹਿੰਦੀ ਤੇ ਰਹਿੰਦੀ ਹੈ। ਅੱਛਾ ਸਿਮਰਾ ਗੱਲ ਸੁਣ, ਕੁਰਬਾਨੀ ਆਉਣ ਵਾਲੀ ਇੱਕ ਦਿਨ ਤੜਕਸਾਂਗੇ ਤੇ ਕੁਝ ਖਰਚਾ ਵੀ ਕਰ ਲਈ ਸਾਂਗੇ, ਤੇ ਮੇਰੀ ਭੈਣ ਤੂੰ ਪਰੇਸ਼ਾਨ ਨਾ ਹੋ, ਜਿਸ ਜੇ ਤੇਰੀਆਂ ਪੈ ਜਾਣੀਆਂ ਗੱਡੀ ਕਿ ਹਫਤੇ ਬਾਅਦ ਨੂਰੋ ਦੀ ਸ਼ਾਦੀ ਹੈ, ਮੇਰੀਆਂ ਤਿਆਰੀਆਂ ਤਾਂ ਸ਼ੁਰੂ ਹੋ ਗਈਆਂ ਸਮਝ। ਚਲੋ ਠੀਕ ਹੋ ਗਿਆ, ਤੁਹਾਨੂੰ ਤਾਂ ਕਿਤਨਾ ਸੂਟ ਲੈਣਿਆ ਮੈਂ ਆਪਣੀ ਖੁਸ਼ੀ ਤੋਂ ਭਾਵੇਂ ਜਿਤਨੇ ਮਰਜ਼ੀ ਚ ਦੇਵੇ, ਵੈਸੇ ਚਾਰ ਹੋਣੇ ਚਾਹੀਦੇ, ਚਾਰ ਹੋਣੇ ਚਾਹੀਦੇ। ਤੁਹਾਨੂੰ ਮੈਂ ਨੋਣ ਤਾਈ ਕੀ ਲੈ ਕੇ ਦਿੱਤਾ, ਕਦੇ ਛੱਲਾ ਵੀ ਦਿੱਤਾ? ਇਹੋ ਜਿਹਾ ਇੱਕ ਸੂਟ ਲੈ ਕੇ ਦੇਵੀ, ਇਹੋ ਜਿਹਾ ਲੈ ਦੇਵੀ। ਹਾਂ ਪਰ ਹੁਣ ਤੇਰੀ ਸ਼ਾਦੀ ਹੈ ਤੇ ਨਗਾਲ, ਨਾਲੇ ਤੈਨੂੰ ਪਤਾ ਛੱਲਾ ਕੁੜੀਆਂ ਜਿਹੜੀਆਂ ਪਰਨੀਂਦੀਆਂ ਨਾ ਉਹ ਨਹੀਂ ਲੈ ਕੇ ਦਿੰਦੀਆਂ, ਦੂਈਆਂ ਗਿਫਟ ਦਿੰਦੀਆਂ। ਤੂੰ ਹੁਣ ਮੈਨੂੰ ਛੱਲੇ ਬਣਵਾ ਕੇ ਦੇ, ਚਾ ਚਾਂਦੀ ਦੇ, ਉਹ ਜਿਹੜੀ ਨੁੜਕੀਆਂ ਜਿਹੀਆਂ ਬਣੀਆਂ ਹੁੰਦੀਆਂ ਉਹ ਝਾਲਾ ਰਾਲੇ ਨੁੜਕੀ ਵਾਲੇ ਨੇੜਾ ਬਣਵਾਉਣਾ, ਮੇਰੀ ਜਾਨ ਢੋਲੀ ਨੂੰ ਬਣਾ ਦੇ ਸਕ ਕਿ ਤੇਰੀ ਸ਼ਾਦੀ ਨਿੱਤ ਨਿੱਤੇ ਹੋਣੀ ਕੋਨੀ, ਥੇ ਛੱਡ ਕੇ ਆਵਣਾ ਸੁੱਖ ਦਾ ਸਾਥ, ਮੈਨੀ ਆਵਣਾ ਕਿ ਮਗਰੂ ਲੱਤੀ ਬਣਵਾ ਦੇ ਸਾ ਤੈਨੂੰ, ਇਹ ਗੱਲਾਂ ਤਾਂ ਤੇਰੀਆਂ ਰੁੱਸਾਂ ਨਹੀਂ ਲੈਂਦੀਆਂ। ਅੱਛਾ ਚਲੋ ਠੀਕ ਹੈ, ਮੇਰਾ ਘਰ ਨਾ ਬੂਹੇ ਲੱਥੇ ਪੈਣ ਮੈਂ ਬਹਿਨੀ, ਹਾਲਾ ਠੀਕ ਹੈ ਮੇਰਾ ਡੋਰ ਉਹਦੇ ਬਾਅਦ ਕੇ ਕਈ ਤਾਂ ਮੇਰੀ ਮੁਖਲਿਸ ਮੇਰੀ ਦੋਸਤ ਹੈ ਜਿਹਨੂੰ ਹਰ ਗੱਲ ਦਿਲ ਦੀ ਸ਼ੇਅਰ ਕਰ ਲੈਂਦੀ ਹਾਂ। ਚਲੋ ਅੱਲਾ ਕਰੇ ਮੇਰੀ ਤੱਲੂ ਨਾਲ ਸ਼ਾਦੀ ਹੋ ਜਾਵੇ, ਮੇਰੀ ਜ਼ਿੰਦਗੀ ਜੰਨਤ ਬਣ ਜਾਵਣੀ ਹੈ। ਚੱਲ ਨੀ ਨੂਰੋ ਮੇਰੇ ਉੱਤੇ ਕੀ ਲਾਉਣਾ, ਮੈਂ ਤੁਹਾਡੇ ਸਾਰਦੇ ਹਾਂ ਖਰਾਬ ਤੇ ਸਾਥਿਆ
ਦਵਾਈਆਂ ਦਈ ਹੋਈਆਂ ਕਿਸੇ ਦਰਬਿਆਣੀ ਵਾਲ ਭੈ ਤੇ ਆਈ ਨੂੰ ਬੜੀ ਮਿਹਰਬਾਨੀ ਕਰੀ ਮੇਰੀ ਆਸ ਮੈਂ ਨਾ ਤਰੋੜੀ ਹਾਲੇ ਜਿਹੜੀਆਂ ਦਾਈ ਨਾ ਤੇ ਲੈ ਤੇ ਹੈ ਨਾ ਨਿਸਲਦੀ ਚਰਾਵੇਂ ਨੂੰ ਇਹ ਵੀ ਨਾ ਚਰਾਈਆਂ ਤਾਂ ਤੂੰ ਇੱਜ਼ਤ ਹੈ ਮੇਰੀ ਮੈਂ ਨਹੀਂ ਮੂੰਹ ਚਰਾਵੇਂ ਨਿਕਲਦੀ ਅਦਲੇ ਦੇ ਮੈਂ ਤੋਈ ਬੰਦਾ ਪੈ ਦਸਿੰਦਾ ਸਿਮਰਨ ਤੇ ਤੂੰ ਦਾਈ ਚੋਲ ਵਧੀਆਂ ਉਹ ਸਿਮਰਨ ਨੀਆਂ ਨਾ ਮੈਂ ਤੁਹਾਨੂੰ ਮਿਲਣ ਜਾਣੀ ਆ ਵੈਸਾ ਮੇਰੀ ਸਹੇਲੀ ਹੈ ਬਹਿਣ ਲੋ ਵੇਖ ਲਈ ਤੈਨੂੰ ਪਤਾ ਮੈਂ ਕਦੀ ਦੱਸ ਉਹ ਸਹੇਲੀ ਤੋਂ ਸੂਤ ਤੇ ਪੈਸੇ ਚਾ ਦੇਣੀ ਸਹੇਲੀ ਕੋਲੋਂ ਹਾਂ ਤੈਨੂੰ ਪਤਾ ਸੂਤ ਵਾਲੇ ਪੈਸੇ ਬੜਾ ਖਰਾਬ ਕਰੇ ਨੇ ਬੰਦੇ ਤੇ ਮੋੜ ਪਿਓ ਨੂੰ ਵੀ ਦੱਸੋ ਆਥਿਓ ਦੇ ਦੇ ਉੱਤੇ ਇਤਨਾ ਬਾਹਰ ਤੇ ਉਹ ਪੈਸਾ ਤੇ ਨਾ ਹੈ ਤੂੰ ਇਹਨ ਕਰ ਕੋਈ ਉਹਦਾ ਅੱਖ ਦਾ ਮੁਣਕਾਰ ਚਾ ਥੋੜਾ ਬਹੁਤ ਅੱਖ ਦਾ ਮੁਣ ਸੀ ਵੀ ਉਹਦੇ ਥੇਮਾ ਹੈ ਮੈਂ ਅੱਖ ਦਾ ਤੇ ਪਰਚਾ ਚਲਨਾ ਤੂੰ ਇੱਕ ਦਫਾ ਮੈਨੂੰ ਪਰਨਾ ਕੇ ਲੈ ਬਈ ਸੇਨਾ ਖੈਰ ਉਹਨੂੰ ਕਾਰਾ ਚ ਕਾਰ ਇਤਨੇ ਦੇ ਦੁਆ ਚਲੇ ਸਮਾਸ ਮੇਰੇ ਦਿਰਾ ਉਹ ਜਿਹੜੀ ਜਿਹੜੀ ਸ਼ਾਇਦ ਸੇਂਦਾ ਪਿਆ ਤਾਂ ਸ਼ਾਹੇ ਤਾਰੇ ਵਾਲੀ ਹਾਂ ਮੇਰਾ ਸਿਰ ਤੇ ਬੈਠੋ ਨਾ ਤੇ ਮੈਨੂੰ ਇਸ ਪਿਓ ਦੀ ਨਾ ਕਦੀ ਵੀ ਨੂੰ ਆਲਾ ਬਣੀ ਆਲਾ ਅੱਠ ਮੰਜੀਆਂ ਦਾ ਪਿਆ ਇਤਰਾ ਇਤਰਾ ਸਾਰਾ ਭਾਂਡਾ ਦੋ ਪੇਟੀਆਂ ਨਾਦਰੇ ਆਟੇ ਵਾਲਾ ਡਰਮ ਵੱਡਾ ਬੜਾ ਲਾ ਸਤੂ ਤੋਰ ਵੀ ਇੱਥੇ ਲੈ ਦੇਵਣੇ ਓਏ ਅੱਲਾ ਮੇਰੇ ਅੱਠ ਮੰਜੀਆਂ ਨੂੰ ਕੀ ਕਰਨਾ ਹੈ ਉਸ ਤੋਂ ਪੁੱਛ ਤਾਂਨੇ ਇੱਥੇ ਸਜਣੇ ਨਹੀਂ ਮੱਥਾ ਤਾਂ ਤਾਂ ਮੈਂ ਤਪੜੇ ਨਾਲ ਵੀ ਤਾਂ ਛੱਡੇ ਸਾਂ ਪਿਆਂਦਾ ਇੰਜ ਨਹੀਂ ਸੋਨੇ ਨਾਲ ਹੋ ਕੱਲੂ ਵੈਸਾ ਤੈਨੂੰ ਪਤਾ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ ਹੁਣ ਮੈਨੂੰ ਦੱਸ ਮੈਂ ਤੇ ਸਾਰਾ ਮੇਰੀ ਅੱਖੀ ਦੇ ਸਾਹਮਣੇ ਤੂੰ ਕਿਸੇ ਹੋਰ ਨੂੰ ਪਰਨਾ ਕੇ ਲਾਇਆ ਮੈਂ ਤੇਰੇ ਕੋਲ ਭਾਈ ਮੈਂ ਤੁਹਾਨੂੰ ਵੇਖਣਾ ਜੇ ਪੰਜਾਂ ਸੀ ਮੈਂ ਕਿਸੇ ਹੋਰ ਨਾਲ ਪਰਨੀ ਜਾਵਾਂ ਤੇਰੇ ਕੋਲ ਬਰਦਾਸ਼ਤ ਹੋ ਸੀ ਹੁਣ ਮੈਨੂੰ ਇਹ ਦੱਸੇ ਨਾ ਇੱਥੇ ਜੋ ਤੂੰ ਥਲੀ ਹੈ ਤੇ ਮੈਂ ਤਾਂ ਇਹਨਾਂ ਥਾਂ ਇੱਥੇ ਹੀ ਥਾ ਥਾ ਬਿਰਾਨੀ ਬਣਾ ਤੇਰੇ ਤੋਂ ਨਾ ਭਾਂਡਿਓ ਮੈਂ ਨਾ ਸਮਾਨ ਸੀ ਮੈਂ ਬਣਾ ਬਣੀਏ ਸਾਰੀ ਉਮਰ ਬੈਠੀ ਦੱਸ ਰੰਡੇ ਨੋ ਤੈਨੂੰ ਅਗਲੇ ਆਖਿਆ ਭਈਆ ਤਾਂ ਤੱਲੂ ਦੀ ਮੰਗੇਤਰ ਆ ਗਿਆ ਕਿਸੇ ਹੋਰ ਨਾਲ ਪਰਨੀ ਦੀ ਪਈ ਹੈ ਕੀ ਕਰੇ ਸੇ ਮੈਂ ਅਸਲੇ ਮੈਨੂੰ ਆਸਾਂ ਵੀ ਦਾਲ ਚੰਗੀ ਨੇ ਥੋੜਾ ਪਰਨੀ ਦਾ ਪਿਆ ਤੂੰ ਮੈਨੂੰ ਮੇਰੇ ਨਾਲ ਪਰਨੀ ਦੀ ਪਈ ਅੱਧਾ ਫਾਰ ਆਪਣੇ ਉੱਤੇ ਦੱਸ ਤੋ ਮੈਨੂੰ ਕਹਿਣ ਸੀ ਮਾਲੂਮ ਹੁੰਦਾ ਸਾਰਾ ਕਸੂਰ ਹੀ ਮੇਰਾ ਪਿਓ ਮੰਗਦਾ ਉਹਦਾ ਕਸੂਰ ਚੱਲ ਠੀਕ ਮੈਂ ਜਾਂਦੀ ਪਈ ਜਾ ਅੱਛਾ ਠੀਕ ਹੈ ਸਰਾ ਤੇ ਦੋਂਦਲੂਆਂ ਤੂੰ ਮਿੱਟੀ ਲਾ ਤੇ ਜਾਂਦੀ ਪਈ ਹੈ ਤੂੰ ਭਲਾ ਪੈਸਿਆਂ ਦਾ ਤੋਂ ਇੰਤਜ਼ਾਮ ਥਰ ਮੇਰੇ ਉੱਤੇ ਬਾਹਰ ਹੈ ਤੂੰ ਐਵੇਂ ਤਾਂ ਮੇਰੇ ਨਾਲ ਤਾਰ ਚ ਬਣਾ ਦਾਨਾ ਤੂੰ ਐਵੇਂ ਤਾਂ ਮੇਰੇ ਨਾਲ ਵੱਜਣਾ ਸ਼ਾਮੀ ਬਾਅਦ ਤੇ ਤੂੰ ਐਵੇਂ ਭਿੜਨਾ ਸਾਰੀ ਬਿਲਾਦਰੀ ਨੂੰ ਤੂੰ ਐਵੇਂ ਤਾਂ ਦੱਸਣਾ ਮੈਂ ਪਰਨੀਂ ਦੀ ਪਈ ਹਾਂ ਹਾਂ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਹੈ ਜੀ ਸ਼ੁਕਰ ਅਲਹਮਦੁਲਿਲਾਹ ਬਿਸਮਿਲ੍ਲਾਹ ਖੈਰ ਹੋਵੇ ਹੋਰ ਸੁਣਾ ਸਿਹਤ ਵੀ ਆ ਠੀਕ ਬਿਲਕੁਲ ਠੀਕ ਘਰ ਬਾਰ ਵੀ ਫਰੀਆ ਤੇ ਸ਼ੁਕਰ ਹੈ ਬਹੁ ਥੱਕਾ ਹੋਇਆ ਹੈ ਥੱਕਾ ਹੋਇਆ ਚੋਰ ਚੋਰ ਤੇ ਭਾਈਆ ਸੱਤਾ ਥਲਾ ਬਹੁ ਅੱਲਾ ਹੁਣ ਉਹ ਟਾਈਮ ਆ ਗਿਆ ਜਿਸ ਟਾਈਮ ਦਾ ਇੰਤਜ਼ਾਰ ਆ ਯਾਦ ਆਈ ਤੋਂ ਇੱਥੇ ਆ ਜਦੋਂ ਵੀ ਤੋਈ ਵੀੜਾ ਪਵੀ ਜਾਂ ਤੋਈ ਮੁਸ਼ਕਿਲ ਵਤਾ ਤੋਵੇ ਜਾਂ ਮੇਰੇ ਲੈਤਾ ਹੀ ਹੋਵੇ ਤਾਂ ਦੱਸੀ ਤੇ ਤੈਨੂੰ ਮੈਂ ਇੱਥੇ ਆ ਵੀ ਦੁਆ ਤੇਰੀ ਮੇਰੀਆਂ ਡੱਠੀ ਪਾਏ ਜਾਵੇ
ਹੁਣ ਮਹੀਨੇ ਦੀ ਦਾਲ ਬਣੀ ਹੋਈ ਆ, ਦਿਹਾੜੇ 20 ਦੂਸਰ ਦੇਣ, ਦਾ ਦਿਹਾੜੇ ਰਹਿ ਦੇਣ ਤੇ ਫੰਡੋਰ ਤੋਂ ਇੱਥੇ ਆ ਮੈਂ ਦੇਸਾਂ। ਮੈਂ ਆਖਿਆ ਮੇਰੀ ਗਾਂ ਮਰ ਗਈ ਉਸ ਵਾਸਤੇ ਆਇਆ ਐਡਾ ਉਚੇਚਾ, ਹੈ ਉਚੇਚਾ ਉਸ ਗਾਂ ਵਾਸਤੇ ਆਇਆ ਹੈ ਤੇ ਉਦਾਂ ਨੂੰ ਸੀ ਬਣਿਆ ਗਾਂ ਨੂੰ ਯਾਰ ਆ ਸ਼ਿਤਾਲਾ ਲੜਿਆ ਹੈ ਗਾਂ ਹੀ ਮੇਰੀ ਆ 4 ਲੱਖ ਦੀ ਮੇਰੀਆਂ ਦੋਵੇਂ ਖਲੀਆਂ। ਮੈਂ ਤਾਂ ਅੱਲਾ ਤੇ ਤੇਰੇ ਆਸਰੇ ਤੇ ਉਹਨਾਂ ਨਾਲ ਜ਼ਬਾਨ ਵੀ ਚਾਰ ਬੈਠਾ। ਉਹ ਬਿਰਾਵਾ ਬੇਲ ਆ ਗਏ ਬਹੁ ਇਤਵਾਰੀ ਪਤਾ ਕਣਾ ਕਣਾ ਜਿਹੜਾ ਹਿਸਾਬ ਹੋਇਆ ਮੈਂ 3 ਲੱਖ ਰੁਪਇਆ ਜੇ ਆੜਤੀ ਦਾ ਦੇਣਾ ਜਿਹੜਾ ਕਣਕ ਦੇ ਹਿਸਾਬ ਤੇ ਮੈਂ ਚਾਹੇ ਹੋਇਆ ਤੇ ਜਿਹੜਾ ਦੇ ਸਮਾਨ ਦਾ ਪੈਸਾ ਉਸ ਤੇ ਟਵੜੀਆਂ ਵਾਲਾ ਬੈਠਾ ਉਹ ਬੜਿਆ ਖਰਚੇ ਸਾਡੇ ਬਹੁ ਐਨ ਮੇਰਾ ਵੀਰ ਉਹ ਖਰਚੇ ਤੇੜੇ ਵੀ ਤੁਹਾਡੇ ਮੂੰਹ ਤੇਰਾ ਸਾਲਾ ਉਸ ਤੱਟ ਤਾਲਾ ਹੋਇਆ ਤਰੀਮ ਤਦਾਂ ਦੀ ਲੈਂਦਾ ਥਾ ਇਹਨੂੰ ਬਾਲਾ ਮਿਹਨਤ ਸਾਰੀ ਦਿਹਾੜੀ ਧੁੱਪ ਤੇ ਵਜੀਂਦਾ ਹੈ ਅਹੀਂ ਹੱਥ ਸਤੋਇਆ ਕਰਨਾ ਕੋਈ ਨਾ ਤੁਹਾਡੇ ਤਰ੍ਹਾਂ ਮੈਂ ਇਹ ਕਰੇ ਮੂੰਹ ਚੁੱਕਣ ਨੂੰ ਘਾਟ ਬੈਠਾ ਤੇ ਤੂੰ ਮਗਰ ਪਾਇਆ ਗਿਆ ਬੜਿਆ ਪਿੱਛੇ ਰਹੇ ਨਾ ਐਡੀ ਤਾਂ ਦਾਲ ਸਾਈ ਨਹੀਂ ਭਾਈ ਨਹੀਂ ਮੇਰੇ ਕੋਲ ਕੋਈ ਨੂੰ ਬਣਨੇ ਭਾਈ ਐਵੇਂ ਜਿਹੜਾ ਤੈਨੂੰ ਬੰਦਾ ਲਾਰਾ ਲਾਵੇ ਨਾ ਉਹ ਮੈਨੂੰ ਬੰਦਾ ਅੱਛਾ ਨਹੀਂ ਲੱਗਦਾ ਉਹ ਗਲਤੀ ਮੇਰੇ ਕੋਲ ਹੋ ਗਈ ਜੀ ਤੈਨੂੰ ਹਾਂ ਕਰ ਤੁਝ ਮੇਰੇ ਲੋ ਵੇਖ ਯਾਰ ਮੇਰੀ ਇੱਜ਼ਤ ਦਾ ਜਨਾਜ਼ਾ ਪਿਆ ਨਹੀਂ ਚੱਲਦਾ ਨਹੀਂ ਬਿਰਾਦ ਨਹੀਂ ਬਣਦਾ ਕੀ ਬਣੇ ਨਾ ਤਾਂ ਬਿਰਾਦ ਵਾਖਾਂ ਆਈ ਸਮਾਂ ਕੋਈ ਹੋਰ ਖੁੱਡਾ ਖੜਕਾਲਾ ਦਲ ਤਾਂ ਸੁਣ ਜਾ ਤੇ ਤੇਰੀ ਜਦਾਂ ਦੱਦੇ ਵੀ ਜਵਾਬ ਪੈ ਦਿੰਦੀ ਉਹ ਹੋਰ ਸਮਾਂ ਤਾਂ ਲੱਗ ਗਈ ਹੈ ਐਵੇਂ ਟਾਈਮ ਨਾ ਵੇਸਟ ਕਰ ਮੇਰਾ ਵੀ ਤੇ ਆਪਣਾ ਮੇਰਾ ਮਾਲ ਦਾ ਟਾਈਮ ਹੈ ਦਿਹਾੜੇ ਜੁਦੇ ਸੁਧਾਰ ਹੁਣ ਤਾਈ ਨਾ ਸਾਥਿਆ ਵੇਲਣ ਬਣਿਆ ਨਾ ਵਲੇਤਰਣ ਬਣਿਆ ਅੱਲਾ ਤੂੰ ਆਈ ਤੋਂ ਪਾੜਾ ਮਾਰ ਮੇਰਾ ਭਰਮ ਰੱਥ ਸੁਣਿਆ ਅੱਲਾ ਮੇਰੀ ਪੁਛਾਸ ਤੇਰੇ ਅੱਧੇ ਬੰਦੇ ਤਾਂ ਵੇਦਾ ਪਿਆ ਦੇ ਸੋ ਸੱਚਾ ਮੁੱਛਰ ਦਾ ਅੱਲਾ ਸੋਹਣਿਆ ਸਾਇਰ ਸਰੀ ਛੇ ਆਈ ਨਿਕਲ ਆਓ ਕਿਉਂ ਬਿਸਤੀ ਕਰਾਉ ਓਏ ਅੰਨੀ ਕੀ ਤਕਲੀਫ ਹੈ ਇਹਨਾਂ ਪੀਵਾਂ ਨੂੰ ਬਾਹਰ ਕੱਢੇ ਨਾ ਪਿਓ ਅਸਿਨ ਤੇਰੇ ਤੇ ਮੇਰਾ ਪਿਓ ਨਾ ਬਣਾ ਉਹ ਨਿਕਲ ਨਹੀਂ ਗਿਆ ਤਮੀਜ਼ ਨਾ ਇਹਨਾਂ ਨੂੰ ਪਰਾਂ ਛੁਰੀ ਮਾਰ ਖਾ ਛੁਰੀ ਇਹ ਮੇਰੇ ਕਾਲ ਰੱਖੇ ਹੋਏ ਨਹੀਂ ਛੁਰੀ ਲੱਗੇ ਤਿੰਨ ਛੁਰੀ ਲੱਗੇ ਕੀ ਗੱਲ ਨਾ ਵੇ ਤਾਂ ਜਸਮ ਤੇ ਇੱਥੇ ਮੇਰਾ ਖੂਨ ਵਿਟਿਆ ਪਿਆ ਤੂੰ ਬਣੀ ਲੱਗੀ ਆਈ ਤੇ ਹਟ ਕੇ ਆ ਕੇ ਅਬ ਵੇਚੀ ਰਵਿਆ ਬਾ ਨਾ ਨਿਕਲਿਆ ਵਾਈ ਸਾਰੀ ਉਜਾੜ ਕੇ ਦੀ ਜਵਿਆ ਅੱਗੇ ਤਾਂ ਕੱਢ ਲਵਣਿਆ ਨਾ ਢੋਲ ਵਿੱਚੋਂ ਹੋਣ ਨਾ ਕੋ ਨੂੰ ਇਹ ਕਿਹੜੀ ਸ਼ਾਦੀ ਬਦਮਾਸ਼ੀ ਹੈ ਬਦਮਾਸ਼ੀ ਤੂੰ ਕੀ ਮੈਂ ਚਗਲ ਸਮਝਦੀ ਪਈ ਤੂੰ ਹੈ ਹੀ ਚਗਲ ਚਗਲ ਨੂੰ ਮੈਂ ਚਗਲ ਕੀ ਆਖੜਾ ਕਾਹ ਲੈ ਛੁਰੀ ਪਿਆ ਨੂੰ ਮੈਂ ਤੈਨੂੰ ਪਿਆ ਦਾ ਪਵੇ ਤੈਨੂੰ ਛੁਰੀ ਪਵੇ ਤੇਰੇ ਢੋਰਾ ਨੂੰ ਤੂੰ ਅਗਰ ਵੱਟਾ ਵਗਾ ਮੈਂ ਤੇਰੇ ਸਿਰੇ ਚ ਵੱਟਾ ਮਰੇਸਾ ਹਾਂ ਦੋਗੇ ਇੱਥੇ ਖਾਦ ਵੀ ਕਰਨ ਦੀ ਨਹੀਂ ਤੂੰ ਉਹਨਾਂ ਨੂੰ ਵੱਟਾ ਤੇ ਮਾਰ ਜੇ ਇਹ ਤੂੰ ਮੈਂ ਛੁਰੀ ਗੱਤ ਕੇ ਪਰਾਂ ਲੈ ਜਾ ਬਾਰ ਬਾਰ ਤੂੰ ਛੁਰੀ ਸੁਣੀਂਦਾ ਪਿਆ ਮੈਂ ਤੇਰਾ ਮੂੰਹ ਤੇ ਇੱਕੋ ਜਾਂਦੀ ਕਰਨੀ ਤੈਨੂੰ ਛੁਰੀ ਯਾਦ ਆ ਜਾਣੀ ਕਿਹੜੀ ਸ਼ਾਇ
ਤੂੰ ਆਪਣਾ ਬਚਾ ਕੇ ਤੂੰ ਨਿਕਲ ਜਿਹੜਾ ਵੀ ਫੰਦੇ ਖਾਣੇ ਉੱਥੇ ਬੈਠਾ ਉਸ ਕੰਨ ਨੱਪ ਕੇ ਮੈਨੂੰ ਮਾਫ਼ੀ ਦਿਓ ਚਾ ਸਮਝ ਆਈ ਤੇਰੇ ਰੰਗਿਆਂ ਨੂੰ ਮੈਂ ਜਾਣਦੀ ਹਾਂ ਚੰਗੀ ਤਰ੍ਹਾਂ ਦੰਤਾਂ ਲਾਈਆਂ ਹਰ ਬੰਦੇ ਕੋਲ ਤੂੰ ਦਾਣਾ ਸਾਡੇ ਘਰ ਸਾਂਭਦੀ ਸਾਨੂੰ ਦੇਣੀ ਹੈ ਚਾਚਾ ਇੱਕ ਮਿੰਟ ਰੁਕੀ ਨਿਕਲ ਮੇਰੇ ਡੋਰ ਸਿਰ ਪਾੜਨਾ ਨਿਕਲ ਦੇ ਕੇ ਨਾ ਨਿਕਲਦਾ ਚਾਚਾ ਹੁਣ ਵੇਂਦਾ ਪਿਆ ਕਹਿਣ ਦੀ ਮੈਂ ਕੱਪੜੇ ਪੜੈਂਦੀ ਪਈ ਆ ਚਾਚਾ ਸੱਚੀ ਕੀ ਮੇਰਾ ਖੂਨ ਮਿਟਿਆ ਪਿਆ ਮੇਰੇ ਮੋਹੇ ਪਿਓ ਨੂੰ ਇਸ ਗੱਲ ਕੱਢੀ ਹੈ ਚਾਚਾ ਮੇਰਾ ਖੂਨ ਚਾਚਾ ਮੈਂ ਜਿਵੇਂ ਵੇਖਿਆ ਨਾ ਮੈਂ ਚੁੱਪ ਕਰਕੇ ਖੋਲੋ ਚਾਚਾ ਮੈਂ ਉੱਥੋਂ ਨਿਕਲੀ ਹੁਣ ਮੈਂ ਡੋਰ ਕੇ ਮੈਂ ਦੌੜ ਕਰ ਰਹੀ ਪਈ ਆਖੇ ਛੁਰੀ ਪਵੇ ਨਾਨੋ ਮੈਂ ਤੇਰੇ ਪਿਓ ਦੀ ਐਸ ਮੇਨ ਕਿੱਥੇ ਦੌੜ ਚਾਚਾ ਮੇਰੀ ਮਕਈ ਦੀ ਤਬਾਹੀ ਮਕਈ ਵੀ ਤੇਰੀ ਹੈ ਤਾਂ ਸਹੀ ਚਾਚਾ ਮੋੜ ਗਾਲ ਕੱਢਣ ਦਾ ਤਾਂ ਤੱਕ ਕੀ ਬਣਦਾ ਤੂੰ ਯਾਰ ਲੱਗ ਗਈ ਅਸਲਾਮ ਅਲੈਕੁਮ ਕਿਹੜਾ ਹੈ
ਕੂੜ ਹੈਂ ਗੱਲ ਇਹ ਅਸੀਂ ਆ ਸ਼ਰੀਕਾਂ ਵਾਲੇ ਜਿਹੜੇ ਰਹਿ ਗਏ ਸੱਤੋ ਹਾਂਜੀ ਅਸਾਂ ਗੜ ਗੁੜ ਵੀ ਟੁਰਨੀ ਹੈ ਤੇ ਮੈਨੂੰ ਆਇਆ ਥਲਾ ਪਾਤੋ ਦਿਹਾੜੇ ਰਹਿ ਦੇਣ ਸੱਤ ਹੱਪ ਹੱਪ ਨੇ ਛੱਤ ਟਾਣੇ ਲੱਪ ਮੈਨੂੰ ਇਹ ਦੱਸ ਕਾਣਾ ਕਹਿਨੂੰ ਸਦੀ ਹੈ ਕਾਣਾ ਕਹਿਨੂੰ ਸਦੀ ਨਹੀਂ ਨਹੀਂ ਨਿੱਤੇ ਉਹਨੇ ਫਿਰਦੇ ਆਸੇ ਹੱਪ ਹੱਪ ਨੇ ਛੱਤ ਟਾਣੇ ਲੱਪ ਅਲਾ ਗੱਲ ਸੁਣੋ ਹਾਸੇ ਦੀਆਂ ਵਿਸਾਇਆ ਤੇ ਮਜ਼ਾਕ ਦੀਆਂ ਵਿਸਾਇਆ ਆਏ ਮੇਰੇ ਬੱਦੇ ਹੱਥਾਂ ਨੂੰ ਵੇਖ ਲਾ ਹੱਥ ਥੱਲੇ ਕਰੇ ਇੱਥੇ ਬੈਠਾ ਇੱਥੇ ਆ ਮੈਂ ਤਾਂ ਬਾਜ ਬਾਈ ਤੇ ਥੱਤਾ ਤੇ ਹੁੱਟਾ ਥਲਾ ਤੂੰ ਵੀ ਬਾਈ ਬਾਈ ਕੇ ਥੱਕਾ ਉੱਟਾ ਪਿਆ ਤੇ ਮੈਂ ਵੀ ਬਹੁਤ ਤੰਗ ਤੇ ਜ਼ਲੀਲ ਹੋਇਆ ਪਿਆ ਹੈ ਇਹ ਸ਼ਾਦੀ ਤਾਂ ਨਹੀਂ ਪਈ ਹੁੰਦੀ ਇਹ ਤਾਂ ਕੋਈ ਪਹਾੜ ਖੜਾ ਕਰਨਾ ਪੈ ਗਿਆ ਤੈਨੂੰ ਮੈਂ ਤੈਨੂੰ ਸੱਤਾ ਆਏ ਅੱਗੇ ਦਿੱਤਾ ਮਹੀਨੇ ਦਾ ਟਾਈਮ ਦਿਹਾੜੇ ਰਹਿ ਗਏ 70 ਦਿਹਾੜੇ ਗੁਜ਼ਰ ਗਏ ਹਾਂਜੀ ਠੀਕ ਹੈ ਨਾ ਬੰਨਾ ਥਲਾ ਤਮ ਤੋ ਜੋ ਦਿਆ ਤੋ ਜਰੰਦਾ ਬਸ ਬੰਨੇ ਬੰਨੇ ਤੇ ਨਾਰਾ ਹੋ ਸਾਨੂੰ ਕੋਈ ਜਵਾਬ ਸਵਾਲ ਦੇ ਅਸਾਂ ਗੱਡੀ ਟੁਰਨੀ ਹੈ ਗੱਡੀ ਅਸਾਂ ਕੋਈ ਸ਼ੇਰ ਤੇ ਸਮਾਨ ਸੂਤਰ ਲੈਣਾ ਹੈ ਹੈਂ ਦੱਦੀ ਟੁਰਨੀਆਂ ਨੇ ਰੂ ਪੈਂਜੇ ਤੇ ਆਪਣਾ ਫੁੱਟੀ ਥਲਨੀ ਨੇ ਦੱਦੀਆਂ ਲਈ ਓ ਯਾਰ ਕੋ ਬਿਸਤਰੇ ਸਿਵਾਵਣੇ ਨੇ ਕੋ ਬਾਂਡਾ ਲੈਣਾ ਹੈ ਕੋ ਸ਼ੇਰ ਕਰ ਸੋਨਾ ਸੂਤਰ ਉਹਦੇ ਵਿੱਚ ਕੋ ਕਪੜਾ ਜੁੱਤੀ ਕੋਈ ਆਪਣਾ ਕਪੜਾ ਜੁੱਤੀ ਹੈਂ ਦੂਏ ਨੰਬਰ ਤੇ ਸਾਡਾ ਮਰੀਜ਼ ਮੰਜੀ ਤੇ ਪਿਆ ਹੋਇਆ ਹੈ ਮਰੀਜ਼ ਸਾਡਾ ਉਹ ਹਸਪਤਾਲ ਹੈ ਪਿਆ ਹੈਂ ਸੀਰੀਅਸ ਹੈ ਬਹੁਤ ਸ਼ੋਦਾ ਵੇ ਰਾਤ ਤੇ ਪਿਆ ਪਤਾ ਨਹੀਂ ਅੱਲਾ ਜ਼ਾਤ ਮੈਂ ਤਾਂ ਉਹਨਾਂ ਦੀ ਜ਼ਿੰਦਗੀ ਕਰੇ ਹੈਂ ਉਹਦੇ ਅੱਖੇ ਚ ਵੀ ਦੁਆ ਸ਼ੁਆ ਕੀਤੀ ਰੇ ਕੀ ਕਰੋ ਤਰੇਂਦਾ ਪਿਆ ਮੈਂ ਸਦੇ ਰਾਤੀ ਦੁਆਵਾਂ ਗੱਲ ਸੁਣ ਕੋਈ ਸਮਾਨ ਸਮੂਨ ਤੋਂ ਵੀ ਬਣਾਇਆ ਹੈ ਸਮਾਨ ਸਮੂਨ ਤੋਂ ਵੀ ਬਣਾਇਆ ਫਿਲਹਾਲ ਤਾਂ ਸਸਿਆ ਹੱਥ ਮੇ ਥੋੜੇ ਸੋਸੜਾ ਬਸੰਤੇ ਹੋ ਰਹੀ ਆਏ ਫਿਲਹਾਲ ਤਾਂ ਹਾਲ ਦੀ ਧੜੀ ਤਾਈ ਤਾਂ ਤਾਸ਼ਾ ਹੀ ਨਹੀਂ ਮੌਜੂਦ ਬੰਦੇ ਆ ਦੇ ਪਏ ਹੈ ਨੇ ਬੈਠਾਂ ਲੈਨੇ ਆ ਤੂੰ ਬੰਦਿਆਂ ਦੇ ਪਿੰਡ ਕਰ ਲੈਨੇ ਹਾਂ ਅੱਜ ਦੇ ਦੁਆ ਸਲਾਮ ਵਾਲੇ ਹੈ ਨਾ ਚੱਲਾ ਥਾਲੇ ਉੱਪਰ ਨਹੀਂ ਬਣਾ ਤੋਏ ਤੇ ਆਂਦੇ ਬੰਦੇ ਬਣ ਕੋੜਾ ਵੱਟਾ ਨਹੀਂ ਹੁੰਦਾ ਕੋੜਾ ਵੱਟਾ ਹਾਂ ਵੱਟੇ ਕਦੀ ਕੋੜੇ ਹੋਏ ਓਏ ਅੱਲਾ ਦੇ ਬੰਦਿਆ ਆ ਜਿਹੜਾ ਹੁੰਦਾ ਹੈ ਨਾ ਯਾਰ ਬੇਲੀ ਸੰਧੀ ਬਿਲਾਦਰੀ ਉਹਦੇ ਬੰਦਾ ਕੋੜਾ ਵੱਟਾ ਦੇਂਦਾ ਲੈਂਦਾ ਉਹ ਤੁਹਾਡਾ ਸਿਰ ਦਰਦੀ ਹੈ ਮੇਰੀ ਨਹੀਂ ਕੋੜੇ ਵੱਟੇ ਦਿੱਤੇ ਲੈਣ ਤੁਸਾਂ ਹੈ ਮੈਂ ਤੈਨੂੰ ਦਿੰਦਾ ਪਿਆ ਵੇਖ ਨਾ ਕੋੜੇ ਵੱਟੇ ਹੋਏ ਤੁਹਾਡੇ ਮੇਰੇ ਤਾਂ ਨਹੀਂ ਹੋਏ ਹੋਏ ਨਾ ਹੈ ਮੈਂ ਤੁਹਾਨੂੰ ਦਿੰਦਾ ਪਰ ਰਿਸ਼ਤਾ ਤੇ ਨਾਲੇ ਕੌੜੇ ਵੱਟੇ ਹੁੰਦੇ ਨੇ ਫੋਤਗੀਆਂ ਦੇ ਮੇਰੀ ਵਾਸਤੇ ਤੇ ਸ਼ਾਦੀ ਫੋਤਦੀ ਬਣੀ ਥਲੀ ਆਹ ਖਜਲਾ ਨੋਤੀ ਕਿਦੇ ਹੈ ਕਿਦੇ ਐਦੇ ਮਦੇ ਨਾ ਹੈ ਆਹ ਖਜਲਾ ਨੋਤੀ ਫੋਤਗੀ ਹੁਣੇ ਨਾਲੇ ਮਾਰੀ ਖਲੋਤਾ ਤੂੰ ਸਾਰਿਆਂ ਨੇ ਜਿੰਦੇ ਜੀ ਅੱਛਾ ਤੂੰ ਕੀ ਕਰੇ ਸੇ ਆ ਛੋਰ ਦਾ ਦੇਰ ਲੈ ਤੇ ਆਇਆ ਥਲਾ ਧਾਰਾਂ ਛੱਡੂ ਹਾਂ ਧਾਰ ਕਰਨੀ ਆ ਓ ਜਾ ਧਾਰ ਕੱਢੋ ਹੁਣ ਤੂੰ ਇਹ ਦੱਸ ਤੇਰੇ ਘਰ ਮੈਂ ਚਾਹ ਬਣਵਾਵਾਂ ਹੈ ਚਾਹ ਬਣਵਾਵਾਂ ਬਣਵਾ ਲਓ ਨਹੀਂ ਤਾਂ ਜਾ ਬਣਵਾ ਲਓ ਜਿੱਥੇ ਪੈਂਜਾ ਲਾਣਾ ਨੇ ਮੇਰਾ ਪੈਂਜਾ ਤੇਰਾ ਕਿਉਂ ਲਾਣਾ ਸੀ ਕੋਈ ਜਵਾਈ ਮਾਰ ਹੈ ਹੈ ਜਵਾਈ ਮਾਰ ਹੈ ਪਤਾ ਨਹੀਂ ਮੈਂ ਨਹੀਂ ਤੇਰੇ ਕਰਨਾ ਮੈਂ ਤੇ ਦੋਦੀ ਪਿੱਛੇ ਕ ਗਾਂ ਦੀ ਨਹੀਂ ਜਿਹੜੀ ਸ਼ਾਇਦ ਆ ਦਿਲ ਹੀ ਨੇ ਪਿਵਾਉ ਸਹੀ ਮੇਰਾ ਦਿਲ ਲੈ ਬੇ ਤੈਨੂੰ ਨਾ ਗਾਂ ਦੇ ਦੋਦੀ ਪਵਾਵਾਂ ਆਉਂਦੀ ਸਗਣੀ ਮੈਂ ਜਿਹੜੀ ਹੈ ਨਾ ਉਦੋਂ ਥੋੜਾ ਦੇ ਹੁੰਦੀ ਹੈ ਮੈਂ ਰਾਤੀ ਗੋਟਾ ਆਪ ਲੈਣਾ ਹੁੰਦਾ ਹੈ ਤੇ ਗਾਂ ਦੇ ਤੇਰੇ ਕਰਨ ਬਣਵੈਂਦਾ ਔਰ ਲੱਦਾ ਜੀ ਔਰ ਮੈਂ ਹੁਣ ਸਿੱਧਾ
ਤੇੜੀਆਂ ਮੱਝੀ ਦਾ ਦੁੱਧ ਪੀਣਾ ਜਿਹੜੇ ਤੇਰੇ ਉੱਤੋਂ ਮਾਸ ਦੇਣ ਬਦੇ ਨੂੰ ਸੁੱਤਦੇ ਪੁੱਤਦੇ ਜਾਂਦੇ ਓਏ ਅੱਲਾ ਸੁਣਿਆ ਤੋਈ ਚਮਤਕਾਰ ਸਾਰ ਸੁਣਿਆ ਤੋਈ ਪਾੜਾ ਪਾੜ ਸੁਣਿਆ ਉਹ ਆਉਂਦੇ ਆਉਂਦੇ ਜਦੋਂ ਤੂੰ ਦੇਣਾ ਛੱਪੜ ਫਾੜ ਤੇ ਦੇਣਾ ਤੇਰੇ ਉੱਤੇ ਹੀ ਆਸਰੇ ਨੇ ਹੁਣ ਧਰਮ ਆ ਲਿਆ ਮੈਂ ਤਾਂ ਮਸੀਤ ਚ ਵੀ ਸੌ ਜਾ ਤੇ ਪਿਸ ਪਤਾ ਨੀ ਵੱਧ ਸੀ ਜਾਂ ਨਾ ਵੱਧ ਸੀ ਮੇਰੀ ਤੰਡ ਤੇ ਚੰਦੇ ਉਸ ਆਖਿਆ ਦੋਧ ਵਜ ਸੇ ਕੋਈ 15 16 ਦੇ ਡਿਲੇ ਕਰਨੀ ਆ ਕਾਲ ਸਿਮਰੋ ਦੇ ਬੱਖੀ ਪਿਆ ਆ ਲੱਗਾ ਛੋਟਾ ਇਹ ਜੇ ਸਲ ਗੋਲ ਆ ਛੇਂਦੇ ਵਿੱਚ ਟਾਪਦਾ ਹੈ ਨਾ ਸਾਰੀ ਜ਼ਿੰਦਗੀ ਵਾਸਤੇ ਡਿਲੇ ਹੋ ਜਾਵਣਾ ਕਿਉਂ ਉਹ ਯਾਰ ਜਿਹੜਾ ਮੇਰਾ ਸਹਾਰਾ ਨਹੀਂ ਹਾਂ ਉਹ ਭਾਈ ਹੁਣ ਪੱਟਿਆ ਥਲਾ ਪੈਰਾਂ ਤੂੰ ਸਵਾਣੀ ਮੇਰੀ ਮਛਰੀ ਉਹ ਰੰਡੂ ਨੇ ਤੂੰ ਹਰ ਵੇਲੇ ਪੱਟੇ ਹੋਏ ਹੁੰਦਾ ਸਵਾਣੀ ਮੇਰੀ ਵੀ ਹੁਣ ਜਿਵੇਂ ਡੂਮਣੇ ਮਾਥੀ ਦਾ ਮਾਥੀ ਨਹੀਂ ਆਏ ਸਵਾਣੀ ਤੇਰੀ ਬਈ ਕੀ ਬਾਤ ਹੈ ਐ ਤੇਰੇ ਮੂੰਹ ਤੇ ਜੁੜਦੀ ਨਹੀਂ ਇਹ ਸਵਾਣੀ ਨਾ ਤੇਰੇ ਮੂੰਹ ਤੇ ਚੁੜਦੀ ਨਹੀਂ ਸਹੀ ਜੁੜੀ ਐ ਤੈਨੂੰ ਡਾਂਡ ਜਿਹੜੀ ਸਿਮਰ ਠੋਤੀ ਐ ਪੂਰੇ ਥੇਲੇ ਵਿੱਚ ਦਾਲ ਹੱਲੀ ਥਲੀ ਨਹੀਂ ਉਹ ਮੈਂ ਰੱਬ ਤੋਂ ਲੱਗੀ ਸੋ ਹੋਰ ਮੈਂ ਬੜਾ ਮਾਰਿਆ ਪਿੱਛੇ ਬੜਾ ਮਾਰਿਆ 10 ਪਈਏ 10 ਪਈਏ ਬੰਦੇ ਥੱਲੇ ਦੇ ਕੇ ਮੈਂ ਜੂ ਮਾਰੀਆਂ ਨਾ ਮੁੱਕਾ ਪੱਕ ਨਹੀਂ ਦੇ ਵਿੱਚ ਆ ਜਿਵੇਂ ਸੱਡੀ ਆ ਲਪੌਲਾ ਠੋਤਿਆ ਮੱਥੇ ਇਹ ਪਿਛਲੇ ਸਾਲ ਰੱਬ ਤੂੰ ਉਸ ਕੋ ਲੱਗਾ ਵੱਟਾ ਇਹ ਰੱਬ ਤੂੰ ਚੀਜ਼ਾਂ ਉਹਨੂੰ ਬੜੀਆਂ ਤੈਨੂੰ ਲੱਦਦੀਆਂ ਉਹ ਮੈਂ ਢੋਰਾ ਢੋਰ ਢੋਰ ਲਈ ਵਧੀ ਹੁੰਦੀ ਹੈ ਭਾਈਆਂ ਆ ਨਾਤ ਬਚਾ ਤਿਸੇ ਦੇ ਉਸੇ ਤੇਰਾ ਅੱਧਾ ਲਾ ਲੈਣਾ ਹੈ ਤੇ ਮੁੜ ਤੋਂ ਆਪਣਾ ਰੱਬ ਤੂੰ ਜਿਹੜਾ 50,000 ਹਾਂ ਉਹ ਉਤਲੇ ਮਹੀਨੇ ਨਾ ਤੇ ਉਸ ਉਤਲੇ ਮਹੀਨੇ ਓਏ ਭਾਈ ਉਤਲੇ ਮਹੀਨੇ ਨੂੰ ਬੱਦਾ ਮਾਰ ਦਿਹਾੜੇ 5 ਰਾਜ ਦਾ ਜੁੱਦੇ ਦੇ ਵਿੱਚ ਪੰਜਿਆਂ ਦੇ ਮੈਂ ਨਹੀਂ ਪੜਦਾ ਐਵੇਂ ਤੈਨੂੰ ਆਖਾਂ ਮੇਰੇ ਸਿਰ ਤੇ ਨਾ ਬਜਣੇ ਓਏ ਸਿਰ ਆ ਲਿਆ ਮੇਰੇ ਹੱਥਾਂ ਤੇ ਤੇ ਨਾ ਲੱਗਣੀਆਂ ਰਤੀਆਂ ਮਹਿੰਦੀਆਂ ਆ ਲਿਆ ਉਹ ਕਿਹੜੇ ਦੁਰਾਲ ਤੇ ਪਿਓ ਆ ਮੇਰੇ ਦਾਨੇ ਨਾਲ ਨਾ ਲਮਟਣੇ ਹੋਏ ਹਾਂ ਛੁਆਰਿਆਂ ਲਿਆ ਮੇਰੇ ਨਾਲ ਦਾਨੇ ਨੇ ਨਾ ਹੋਣੀਆਂ ਸੌਦੀਆਂ ਤੇ ਦਰੀਆਂ ਲਿਆ ਮੇਰੀ ਬਰਾਤ ਨੂੰ ਲਾ ਦਈਆਂ ਹੋਈਆਂ ਨਦਰੀਆਂ ਲਿਆ ਮੇਰੀ ਬਰਾਤ ਨੂੰ ਲਾ ਦਈਆਂ ਨਦਰੀ ਦਾਮਾ ਸਦਤੇ ਕਿਹੜੀ ਬਰਾਤ ਹੋ ਜਿਹੜੀ ਮੇਰੀ ਉਮਣੀ ਆ ਤੇ ਮੈਂ ਪਰਨੀ ਵੜਾ ਨਹੀਂ ਇੱਕ ਤਾਂ ਹੁੰਦਾ ਤੂੰ ਬਹੁ ਬੇਬਰਾਤਾਂ ਇੱਕ ਬਰਾਤ ਬੰਦਾ ਕਿਹਦੀ ਰਲਦਾ ਹੈ ਕਿਹੜੀ ਬਰਾਤ ਦੀ ਗੱਲ ਕਰਦਾ ਮੇਰੀ ਜਿੰਦੀ ਤੇ ਜਾਤ ਦੀ ਰਾਜ ਤੇ ਵੱਧ ਜਾਸੇ ਆ ਮੇਰੀ ਨੂਰੋਂ ਮੱਛੀ ਤਈ ਫਦਾ ਤੇ ਆਸੇ ਨੂੰ ਥਾਲੇ ਥਾਲ ਆ ਮੇਰੀ ਨੂਰੋਂ ਮੱਛੀ ਮਤਈਆਂ ਦੇ ਵਿੱਚ ਹੋ ਜੇ ਤੇ ਰਹਿੰਦੀ ਹੁਣ ਕੀ ਨੂਰ ਹੁੰਦਾ ਨੂਰੋਂ ਰੋਂਦਾ ਆਪਣੇ ਅਰਮਾਨਾਂ ਨੂੰ ਤੇ ਨੂਰੋਂ ਦੋ ਇਹ ਸਾਰਾ ਜ਼ਿੰਦਗੀ ਤੂੰ ਜਿਹੜਾ ਹੈ ਇਹ ਬਨਾਵਤਿਆਂ ਹੈ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਕੰਮ ਧੰਦਾ ਨੂੰ ਕੀਤਾ ਹੁਣ ਜੇ ਤਾਂ ਸਿਹਰੇ ਚ ਪਈ ਹੁਣ ਬਣੋਇਆ ਡੇਢ ਮਹੀਨੇ ਬਾਅਦ ਅੱਖੀ ਨੂੰ ਉੱਠ ਕੇ ਲੱਗਿਆ ਆਪਣੇ ਮੇਰੇ ਕੋਲ ਪੰਜੀ ਬਈ ਤੋਂ ਚੁੱਕ ਲੈਣਾ ਤੂੰ ਮਹੀਨੇ ਤੋਂ ਬਾਅਦ ਲਦਾ ਮੈਂ ਸਬਾਦੁਸਤਾਨ ਉੱਥੇ ਮੇਰੀ ਤਬਾਰ ਤੇ ਆ ਤੇ ਹੱਥੀ ਚ ਦੇ ਛੱਡੇ ਨਾ ਮਾਰਿਆ ਤਾਂ ਮਰਦਾ ਤਾਂ ਮੈਂ ਨਹੀਂ ਭਾਈ ਮੇਰੇ ਕੋਲ ਨਹੀਂ ਨਿਕਲਦੇ ਮੈਂ ਆਪਣੇ ਹਾਰੂ ਤੈਨੂੰ ਆਖਿਆ ਜਿਤਨਾ ਰਸਬਾ ਆਇਆ ਤੇ ਡੋਰ ਛੋ 7 ਕਿੱਲੇ ਆਏ ਤੇ ਡੋਰ ਕਿਤਨੇ ਡੋਰ ਵੀ ਅੱਲਾ ਦਾ ਸ਼ੁਕਰ ਹੈ ਤਾਂ ਮੈਂ ਆਏ ਤਰਾ ਤਰੋਕੜਾ ਦੋ ਵਾੜੇ ਨੇ ਇੱਕ ਦਾਂਦ ਹੈ ਦੋ ਖੋਤੇ ਨੇ ਸਾਰੀ ਹਰਸ਼ਾ ਤੇ ਲਸ ਦੀ ਲਾਨਾ ਤੇ ਕੀ ਬਣ ਜਿਹੜੀ ਫਿਰਾ ਤੇਰੇ ਦੇ ਬੇਲੀ ਤੇ ਤਾਂ ਨਹੀਂ ਹਮਦੀ ਪਈ ਉਹਨਾਂ ਥਿਲਿਆਂ ਨੂੰ ਮੈਂ ਤੇ ਤਰ ਕਣਕ ਚਾਈ ਉਹ ਰੱਖ ਸਤੀ ਰੇਟ ਕੋਈ ਨਾ
ਟਰੈਕਟਰ ਦਾ ਇੰਜਣ ਬਹਿ ਗਿਆ, ਮੋਟਰ ਦਾ ਬੋਰ ਬਹਿ ਗਿਆ, ਮੈਂ ਦੱਸ ਕਿਹੜੇ ਕਿਹੜੇ ਅਜ਼ਾਬ ਵਿੱਚ ਪਿਆ, ਡੇਢ ਮਹੀਨੇ ਬਾਅਦ ਆ ਕੇ ਲੈ ਜਾਵਾਂ ਤੇ ਤੂੰ ਸਰਪੈਂਦਾ ਨਹੀਂ ਮੈਂ ਫਰੋਕ ਕੋ ਜੱਕੀ ਕੋਈ ਨਾ। ਹਾਂ ਅੱਲਾ ਸੋਹਣਿਆ ਤੂੰ ਮੈਂ ਤੋ ਜਤਾਰੋ ਓਏ ਨਹੀਂ ਕਰਨਾ ਮਾਮਾ ਓਏ ਸਾਨੂੰ ਜੋੜ ਕੇ ਲੱਗ ਗਏ ਓਏ ਸਾਡਾ 7 ਲੱਖ ਰੁਪਇਆ ਵੀ ਲਵੇ ਓਏ ਤੇ ਬੱਚਿਓ ਹੋਰ ਕੋਈ ਨਾ ਮਾਮਾ ਓਏ ਓਏ ਸਾਡੀ ਮਾਂ ਦਾ ਇੱਕੋ ਇੱਕ ਬਿਰਾ ਮਾਮਾ ਅਸਲਾਮੁਅਲੈਕੁਮ ਮੇਰੇ ਨਾਲ ਸਰ ਨਹੀਂ ਤਾਂ ਮੈਨੂੰ ਇੱਕ ਮਹੀਨੇ ਦਾ ਟਾਈਮ ਦੇ ਹੋਰ ਇੱਕ ਮਹੀਨੇ ਦਾ ਹੋਰ ਟਾਈਮ ਦੇ। ਓਏ ਸਾਡਾ ਮਾਮਾ ਮਰ ਗਿਆ ਤੂੰ ਇੱਕ ਮਹੀਨੇ ਦਾ ਟਾਈਮ ਲੈਂਦਾ ਪਿਆ ਹੈ ਓਏ ਹੁਣ ਇੱਕ ਮਹੀਨੇ ਦਾ ਟਾਈਮ ਕੋਈ ਨੂੰ 6 ਮਹੀਨਿਆਂ ਦਾ ਟਾਈਮ ਹੈ। ਵਾਹ ਅੱਲਾ ਸੁਣਿਆ ਸੁਣੀ ਆਈ ਤੇ ਮੇਰੀ ਸਹੀ ਸੁਣੀ ਆਈ ਸਿਮਰਨ ਮੈਂ ਸੋਟਾ ਚੋਲੇ ਸਹੀ ਤਾਂ ਲੱਗ ਗਿਆ ਤੇਰੇ ਅੱਗੇ ਮੂੰਹ ਆ ਗਿਆ ਸੋਰੀ ਵੇਖ ਲਾ ਸੀ।